हेलो फ्रेंड्स, आप जी का साडे यूट्यूब चैनल में बहुत बहुत स्वागत है। आज की वीडियो के विच असी डिस्कस करांगे कि जो ईटीटी 5594 पोस्टां निकलियां हैं इहदे विच बीएड पीएसटेट वन पास वाले कैंडीडेट्स अप्लाई कर सकते या नहीं कर सकते, अगर कर सकते या उहदे लई की प्रोसैस है, अगर नहीं कर सकते उहदा प्रूफ की है। ये पूरी वीडियो मैं अज इस वीडियो के विच तुहानू अपलोड करूँगा, इनकलूडिंग प्रूफ। प्लस इस तो पहले जी मैं वीडियोज़ अपलोड की हुई वो दस्या कि राइशन तुम्हें किमें करनी है, कुरैक्शन किमें होनी है, फीस किमें पे करनी, तुम्हें फीस पे ढड़ी हो गई है, कट्टी गई, अपडेट नहीं हुई, वह किमें तुम्हें दिखना है। प्लस नाल दे नाल दो कैटेगरी किमें अप्लाई करना है, अगर कोई गलती हो गई है वो करैक्शन किमें होनी है, यह सारा कुछ आप ऑलरेडी अपलोड किया हुआ उसकी प्लेलिस्ट देख सकते हो। तो चलो हूँ देखते हैं बी एड वाले बच्चे जिन्हों का पी एस टेट वन क्वालीफाई है वो ये पोस्टा वास्ते एलिजिबल है या नहीं है। उहदे लई सब तो पहले मैं तुहानू एक फॉर्म फिल करके दस दिना विद प्रूफ, ठीक है जी। आपां ऑफिशियल वैबसाइट पर जाके इत्थे इन्हां ने ये लिंक लगाया होया, डायरैक्टली तुसीं इत्थे क्लिक करके ऑफिशियल वैबसाइट पर आ जाओगे। इहदे विच तुसीं रजिस्टर नाउ ते क्लिक करके रजिस्ट्रेशन कर सकते हो, ठीक है। रजिस्ट्रेशन विच किहड़ी किहड़ी डिटेल्स है, इहदे विच जिहड़ियां डिटेल्स है आह वालियां डिटेल्स है, तुहाडा नाम हो गया, फादर साहब का नाम हो गया, तुहाडी डेट ऑफ बर्थ हो गई, मैरिटल स्टेटस हो गया, गाइडलाइनस नूं आपां इंस्ट्रक्शनस नूं मीट करके आ डिटेल तुसी फिल करनी है। आ डिटेल आप एक बार फिल कर लें जी। सब तो पहले बच्चे का नाम, उन्होंने फादर साहब का नाम, उन्होंने माता जी का नाम, ये कोई भी किसी भी तरह की करैक्शन नहीं होनी। अगर तुसी फॉर्म दे विच कोई भी गलती कर दिती है आ वाली डिटेल विच जिहड़ी मैं हुण फिल करदा पिया, तुहाडा इत्थे जेंडर आऊगा, मेल है, फीमेल है, ट्रांसजेंडर है, जो भी उहदे अकॉर्डिंग तुसी करोगे। ਤੁਹਾਡਾ ਇੱਥੇ ਮੋਬਾਈਲ ਨੰਬਰ ਆਊਗਾ, ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਇਸ ਨੰਬਰ ਤੇ ਡਾਇਰੈਕਟਲੀ ਤੁਸੀਂ WhatsApp ਤੇ ਗੱਲਬਾਤ ਕਰ ਸਕਦੇ ਹੋ। ਈਮੇਲ ਆਈਡੀ ਆਊਗੀ, ਠੀਕ ਹੈ ਜੀ। ਤੁਹਾਡਾ ਪੰਜਾਬੀ ਦਾ ਸਟੇਟਸ ਆਊਗਾ, ਪੰਜਾਬੀ ਪਾਸ ਹੋ ਜਾਂ ਨਹੀਂ ਹੋ, ਗਵਰਨਮੈਂਟ ਸਰਵੈਂਟ ਹੋ ਜਾਂ ਨਹੀਂ ਹੋ, ਪੀ ਐਸ ਟੈਟ 1 ਪਾਸ ਹੋਣਾ ਜ਼ਰੂਰੀ ਹੈ, ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਰਜਿਸਟਰ ਤੇ ਕਲਿੱਕ ਕਰ ਦਿਓ ਅਤੇ ਓਕੇ ਕਰ ਦਿਓ। ਜਦੋਂ ਤੁਸੀਂ ਓਕੇ ਕਰ ਦਿੰਦੇ ਹੋ ਤੁਹਾਨੂੰ ਆਈਡੀ ਪਾਸਵਰਡ ਜਨਰੇਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਲੌਗਇਨ ਕਰਨਾ, ਠੀਕ ਹੈ ਜੀ। ਆਪਾਂ ਇੱਥੋਂ ਲੌਗਇਨ ਕਰ ਲੈਂਦੇ ਹਾਂ। ਲੌਗਇਨ ਕਰਕੇ ਉਸ ਤੋਂ ਬਾਅਦ ਤੁਸੀਂ ਆਹ ਡਿਟੇਲ ਫਿਲ ਕਰਨੀ ਹੈ, ਆਪਣੇ ਬੈਂਕ ਦਾ ਐਫ ਐਸ ਸੀ ਕੋਡ, ਉਸ ਤੋਂ ਬਾਅਦ ਬਾਕੀ ਪੰਜਾਬ ਦੇ ਡੋਮੀਸਾਈਲ ਹੋ ਜਾਂ ਨਹੀਂ ਹੋ, ਆਧਾਰ ਕਾਰਡ ਹੋ ਗਿਆ, ਬਾਕੀ ਫਰਦਰ ਡਿਟੇਲਸ। ਇਹ ਕਰਕੇ ਇੱਥੇ ਆਊਗਾ ਜੀ ਅਪਰੂਵ ਯੋਰ ਡਾਟਾ, ਠੀਕ ਹੈ। ਇੱਥੇ ਕਲਿੱਕ ਕਰਕੇ ਆਪਣੇ ਡਾਟੇ ਨੂੰ ਅਪਰੂਵ ਕਰ ਦੇਣਾ। ਉਸ ਤੋਂ ਬਾਅਦ ਸੇਮ ਅਪਲੋਡ ਫੋਟੋ ਸਾਈਨ 'ਤੇ ਜਾਣਾ, ਅਪਲੋਡ ਫੋਟੋ ਐਂਡ ਸਿਗਨੇਚਰ ਅਪਲੋਡ ਕਰਕੇ ਵੀ ਤੁਸੀਂ ਇਹਨੂੰ ਇੱਥੇ ਅਪਰੂਵ ਕਰ ਦੇਣਾ। ਇੱਥੇ ਡੱਬਾ ਜਿਹਾ ਆਉਣਾ, ਚੈੱਕਬੋਕਸ ਆਉਣਾ, ਉੱਤੇ ਕਲਿੱਕ ਕਰਕੇ ਅਪਰੂਵ ਮਾਈ ਡਾਟਾ। ਤੀਸਰਾ ਸਟੈਪ ਮੇਨ ਆ ਗਿਆ ਜੀ, ਫਿਲ ਐਪਲੀਕੇਸ਼ਨ ਫਾਰਮ, ਠੀਕ ਹੈ ਜੀ। ਹੁਣ ਤੁਹਾਨੂੰ ਦੱਸਣ ਲੱਗਾ ਕਿ ਬੀ ਐਡ ਵਾਲੇ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ। ਉਹਦੇ ਲਈ ਜਦੋਂ ਤੁਸੀਂ ਇੱਥੋਂ ਕੈਟਾਗਰੀ ਸਿਲੈਕਟ ਕਰ ਲੈਂਦੇ ਹੋ ਆਪਣੀ, ਜਿਵੇਂ ਲਾ ਲਓ ਜੀ ਬੱਚਾ ਫਰੀਡਮ ਫਾਈਟਰ ਹੈ, ਇੱਥੋਂ ਉਹਨੇ ਆਪਣੀ ਫਰੀਡਮ ਫਾਈਟਰ ਸਿਲੈਕਟ ਕਰਕੇ ਕੈਟਾਗਰੀ ਚੂਜ਼ ਕਰ ਲਈ। ਇੱਕ ਤੋਂ ਵੱਧ ਕੈਟਾਗਰੀਆਂ ਵਿੱਚ ਕਿਵੇਂ ਅਪਲਾਈ ਕਰਨਾ ਦੱਸਿਆ ਹੋਇਆ। ਫਰੀਡਮ ਫਾਈਟਰ ਵਿੱਚ ਆ ਕੇ ਆਪਾਂ ਇਹਨੂੰ ਅਪਲਾਈ ਕਰਨਾ, ਕਲਿੱਕ ਹੇਅਰ ਟੂ ਫਿਲ ਐਪਲੀਕੇਸ਼ਨ ਫਾਰਮ ਜਾਂ ਫਿਲ ਫਾਰਮ 'ਤੇ ਆਪਾਂਗੇ, ਠੀਕ ਹੈ ਜੀ। ਜਾਣ ਤੋਂ ਬਾਅਦ ਇਹਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਡਿਟੇਲ ਫਿਲ ਕਰਨੀਆਂ ਹੈ। ਸਭ ਤੋਂ ਪਹਿਲੇ ਤੁਹਾਡੀ 12th ਦੀ ਡਿਟੇਲ ਆਊਗੀ, ਉਸ ਤੋਂ ਬਾਅਦ ਤੁਹਾਡੀ ਪੀ ਐਸ ਟੈਟ ਦੀ ਆਊਗੀ, ਉਸ ਤੋਂ ਬਾਅਦ ਤੁਹਾਡੀ ਆਊਗੀ ਡਿਟੇਲ ਗ੍ਰੈਜੂਏਸ਼ਨ ਦੀ ਪਲੱਸ ਈ ਟੀ ਟੀ ਦੀ, ਠੀਕ ਹੈ। ਪੇਜ ਆਪਾਂ ਰੀਫਰੈਸ਼ ਕਰ ਲੈਂਦੇ ਹਾਂ, ਕਈ ਵਾਰ ਬੈਕਐਂਡ ਤੋਂ ਥੋੜ੍ਹੀ ਪ੍ਰੋਬਲਮ ਹੁੰਦੀ ਆ। ਦੇਖੋ ਤੁਹਾਡੇ ਸਾਹਮਣੇ ਡਿਟੇਲ ਆ ਗਈ ਹੈ, ਪੀ ਐਸ ਟੈਟ ਪਹਿਲੇ 12th, ਪੀ ਐਸ ਟੈਟ 1, ਈ ਟੀ ਟੀ ਅਤੇ ਗ੍ਰੈਜੂਏਸ਼ਨ। ਸੋ ਇੱਥੋਂ ਹੀ ਸਾਨੂੰ ਕਲੀਅਰ ਹੋ ਗਿਆ ਕਿ ਬੀ ਐਡ ਵਾਲੇ ਐਲੀਜੀਬਲ ਨਹੀਂ ਹੈ। ਕਾਫੀ ਬੱਚੇ ਕੀ ਕਰਦੇ ਪਏ ਆ, ਈ ਟੀ ਟੀ ਵਿੱਚ ਬੀ ਐਡ ਦੀ ਡਿਟੇਲ ਫਿਲ ਕਰਕੇ ਫਿਲ ਕਰਦੇ ਪਏ ਆ, ਠੀਕ ਹੈ ਜੀ। ਉਹ ਵੈਲਿਡ ਨਹੀਂ ਹੈ, ਉਹ ਤੁਹਾਡਾ ਇਨਵੈਲਿਡ ਹੈ। ਸੋ ਬੀ ਐਡ ਵਾਲੇ ਇਹਨਾਂ ਪੋਸਟਾਂ ਵਿੱਚ ਅਪਲਾਈ ਨਹੀਂ ਕਰ ਸਕਦੇ। ਸੋ ਇਹ ਮੈਂ ਤੁਹਾਨੂੰ ਪਹਿਲੇ ਦੱਸਦਾ। ਹੁਣ ਕਾਫੀ ਬੱਚਿਆਂ ਦਾ ਕੁਐਸਚਨ ਮਾਈਂਡ ਵਿੱਚ ਹੁੰਦਾ ਹੈ ਕਿ ਜਦ ਆਪਾਂ ਐਲੀਜੀਬਲ ਹੀ ਨਹੀਂ ਹੈ ਤਾਂ ਭਾਈ ਇਹਨਾਂ ਨੇ ਪੀ ਐਸ ਟੈਟ ਸਾਡਾ 1 ਕਿਉਂ ਕੁਆਲੀਫਾਈ ਕਰਾਇਆ, ਠੀਕ ਹੈ ਜੀ। ਸੋ ਇਹਦਾ ਹੁਣ ਆਨਸਰ ਤੁਹਾਨੂੰ ਬੋਰਡ ਹੀ ਦੇ ਸਕਦਾ ਜੀ, ਇਹਦਾ ਆਨਸਰ ਫਿਲਹਾਲ ਮੇਰੇ ਕੋਲ ਵੀ ਨਹੀਂ ਹੈ। ਮੈਂ ਤੁਹਾਨੂੰ ਗਲਤ ਗਾਈਡ ਕਰਦਾ, ਠੀਕ ਹੈ। ਜਿਹੜੀ ਚੀਜ਼ ਮੈਨੂੰ ਵੀ ਨਹੀਂ ਕਲੀਅਰ ਉਹ ਮੈਂ ਤੁਹਾਨੂੰ ਵੀ ਨਹੀਂ ਦੱਸ ਸਕਦਾ, ਬਟ ਜਿਹੜੀ ਚੀਜ਼ ਮੈਨੂੰ ਕਲੀਅਰ ਸੀ ਉਹ ਇਹ ਹੈ ਕਿ ਬੀ ਐਡ ਵਾਲੇ ਪੀ ਐਸ ਟੈਟ 1 ਬੇਸ਼ੱਕ ਕਲੀਅਰ ਹੈ, ਉਹ ਈ ਟੀ ਟੀ 5594 ਪੋਸਟਾਂ ਵਾਸਤੇ ਐਲੀਜੀਬਲ ਨਹੀਂ ਹੈ। ਸੋ ਯਾਦ ਰੱਖਿਓ, ਫੀਸ ਖਰਾਬ ਨਾ ਕਰਿਓ, ਅਗਰ ਪੈਸੇ ਜ਼ਿਆਦਾ ਹੈ ਕਿਸੇ ਨੂੰ ਡੋਨੇਟ ਕਰ ਦਿਓ, ਠੀਕ ਹੈ ਜੀ। ਅਗਰ ਤੁਸੀਂ ਪੋਸਟ ਫਿਲ ਕਰ ਵੀ ਦਿੰਦੇ ਹੋ, ਟੈਸਟ ਕੁਆਲੀਫਾਈ ਵੀ ਕਰ ਲੈਂਦੇ ਹੋ, ਬਟ ਸਕਰੂਟਨੀ ਟਾਈਮ ਇਹਨਾਂ ਨੇ ਤੁਹਾਨੂੰ ਡਿਸਕੁਆਲੀਫਾਈ ਕਰ ਦੇਣਾ, ਠੀਕ ਹੈ ਜੀ, ਬਾਹਰ ਕੱਢ ਦੇਣਾ। ਇਸ ਕਰਕੇ ਪਹਿਲੇ ਹੀ ਇਹ ਫੋਰਮ ਫਿਲ ਨਾ ਕਰਿਓ। ਅਗਰ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਜਸਟ ਆਪਣੀ ਨੌਲੇਜ ਵਾਸਤੇ ਫੋਰਮ ਫਿਲ ਕਰਨਾ, ਦੈਨ ਯੂ ਕੈਨ ਫਿਲ ਦਾ ਫੋਰਮ ਐਂਡ ਗਿਵ ਦਾ ਐਗਜ਼ਾਮ। ਸੋ ਇਹ ਸੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਕਾਫੀ ਬੱਚਿਆਂ ਦੀ ਕਿਊਰੀਜ਼ ਆ ਰਹੀਆਂ ਸੀ ਕਿ ਸਰ ਬੀ ਐਡ ਆਪਾਂ ਕੀਤੀ ਹੋਈ ਹੈ ਤਾਂ ਨਾਲੇ ਸਾਡਾ ਪੀ ਐਸ ਟੈਟ 1 ਵੀ ਕਲੀਅਰ ਹੈ, ਤਾਂ ਆਪਾਂ ਇਹਨਾਂ ਪੋਸਟਾਂ ਵਾਸਤੇ ਐਲੀਜੀਬਲ ਹੈ ਜਾਂ ਨਹੀਂ ਹੈ ਸਾਨੂੰ ਕਲੀਅਰ ਕਰੋ।
मैं फिलहाल पाया सीगा। फिर उन्हां दा इह कहना सीगा कि सर कोई प्रूफ दसो जिन्हां सानू क्लीयर हो जाए कि आपां वाकई एलिजिबल नहीं है। और तुहाडे सामने आ देखो इन्हां ने कित्थे ब्लॉक ही नहीं बनाया, ठीक है, बीएड वालिआं दा। अदरवाइज इत्थे आना सी ETT/BEd या ETT थले BEd आना सी, दोनों विचों एक ब्लॉक तुसीं फिल करना सी। जिन्हां ने BTT की उन्होंने ETT का, BEd की उन्होंने BEd का। सो BEd वाले अगेन मैं तुसते तुहानू दस दिना एलिजिबल नहीं है। तो बाकी कोई भी किसी भी तरह के अपडेट वास्ते सानू जरूर सबसक्राइब करो, नीडी फ्रेंड्स के नाल भी जरूर वीडियो में शेयर करो, आलसो सानू सपोर्ट करो, सो डैट इन फ्यूचर जिहड़ियां भी इदां दियां लेटेस्ट अपडेट्स आंदियां ने रिगार्डिंग ऑनलाइन जिहड़ियां तुहाडियां पोस्टां वगैरह निकलदियां, फॉर्म्स वगैरह फिल हुंदे ने, उहनां दी जानकारी तुहानू टाइमली मिलदी रहे। सो थैंक यू फ्रेंड्स वॉचिंग दिस वीडियो एंड फॉर योर वैलेबल टाइम।